ਤੇ ਕੰਗਣਾ ਥੱਪੜਾਂ ਦੀ ਲਾਇਕ ਹੈ, ਜੇ ਥੱਪੜ ਤਾਂ ਹੀ ਪੈਂਦੇ ਜੇ ਲੱਪੜ ਦੀ ਕੋਈ ਵਿਧੀ ਥੱਪੜਾਂ ਦੀ ਕਰਦੀ ਤੇ ਥੱਪੜ ਹੀ ਪੈਣੇ ਭਾਈ। ਜੇ ਕੋਈ ਸਿਆਣੀ ਬਣੇ ਸਿਆਣੀਆਂ ਗੱਲਾਂ ਕਰੇ ਥੱਪੜ ਕਿਉਂ ਪੈਣੇ ਭਾਈ? ਕਿੱਥੇ ਤਾਂ ਹਾਰ ਪੈਣੇ ਸੀ ਤੇ ਬਣੀ ਸੀ ਅਹੁਦਾ ਮਿਲਣਾ ਸੀ, ਤੇ ਕਿੱਥੇ ਥੱਪੜਾਂ ਸਵਾਗਤ ਹੋਇਆ ਉਹਨਾਂ ਨੂੰ? ਕਿਸਾਨ ਤਾਂ ਸਾਰਾ ਆਪਦਾ ਨਾ ਭਗਤ ਦਿਹਾੜੀ ਮਜ਼ਦੂਰੀ ਕਰਦੇ, ਮੈਂ ਤੇ ਬੱਚੇ ਪਾਲਦੇ ਹੈ, ਮੈਂ ਦੇਸ਼ ਦੀ ਸੇਵਾ ਕਰਦੀ ਹੈ, ਦੇਸ਼ ਪਾਲਣਾ ਕਰਦੀ ਹੈ। ਮੇਰੇ ਮੈਨੂੰ ਮੈਂ ਕਹਿੰਦੀ ਸੀ ਵਧੀਆ ਕਰੇ ਵਧਾਈ ਹੋਵੇ, ਮੈਂ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਭਲੀ ਮਾਂ ਦੀ ਜੰਮੀ, ਭਲਾ ਦੁੱਧ ਚੰਗਿਆ ਭਲੀ ਮਾਂ ਦਾ। ਕੁਲਵਿੰਦਰ ਕੌਰ ਨੇ ਨੀ ਮਾਰਿਆ ਮੇਰਾ ਕਾਂਜਾ ਘੋੜੇਵਾਲ ਨਾਲ ਖੜੇ, ਉਹਨੇ ਹੌਸਲਾ ਦਿੱਤਾ ਛਾਵਾ ਸੀ ਬੱਤੀ ਆ ਉਹਨੇ, ਤੇ ਉਹ ਖੇਸ ਬਠਿੰਡੇ ਹੀ ਆਵੇ ਇੱਥੇ ਤਰੀਕਾ ਭੁਗਤੇ ਕੰਗਣਾ ਫਰਾਵੇ ਪੰਜਾਬ ਚ ਗਿਆ ਤੇ ਮੈਂ ਛੇੜਨੀ ਆ, ਤੇ ਫਿਰ ਗਿਜੜੀ ਕੇ ਬਣੀ ਫਿਰ ਲੁਗਦੀ ਫਿਰ ਆਵੇ ਲਾਵੇ ਮੱਥਾ ਕਿਸਾਨਾਂ ਨਾਲ ਪੰਜਾਬ ਚ। ਪਿਛਲੀਆਂ ਗਲਤੀਆਂ ਦੀ ਮਾਫ਼ੀ ਮੰਗ ਕੇ ਤੇ ਗਾਂ ਸਿਆਣੀ ਬਣ ਜੇ, ਗਾਂ ਸਿਆਣੀ ਬਣ ਜੇ, ਪਿਛਲੀਆਂ ਤਾਂ ਮੰਗ ਲਈ, ਪਿਛਲੀਆਂ ਤਾਂ ਮਾਫ਼ ਕਰਾਉਣ ਕਿਉਂਕਿ ਨਵੇਂ ਕੰਡੇ ਦੇ ਸ਼ਹੀਦ ਦੀ ਫਿਰਦੀ ਹੈ, ਨਵੇਂ ਔਕੜ ਚੱਲੀ ਅਗਲਾਂ ਦੀ ਫਿਰਦੀ ਹੈ। ਕਦੇ ਆ ਰਹੀ ਹੈ ਕਿ ਇੰਦਰਾ ਮਾਰਤੀ ਸੀ ਤੇ ਉਹਨਾਂ ਕਰਤਾ ਉਹ ਮੇਨ ਕਰ ਗਏ ਤਾਂ ਨਿਮਟੀ ਨਾਲ ਮਿਲ ਕੇ ਰਹਿੰਦੇ ਪੰਜਾਬੀਆਂ ਨਾਲ ਵੀ ਅਸਾਂ ਬੇੜਾ ਟਵਾਉਣੇ, ਮਰਨ ਕਿਹਦੇ ਜੀ ਕਿਤੇ ਮੇਰਾ ਪਰਿਵਾਰ ਸੌਖਾ ਰਹੇ, ਉਹ ਤਾਂ ਮਿਲੇ ਫਿਰਦੇ ਆ। ਨਹੀਂ ਮੋਦੀ ਨੇ ਇਹ ਵੀ ਗੱਲ ਬਿਆਨ ਦਿੱਤਾ ਸੀ, ਕਹਿੰਦਾ ਮੈਂ ਬਾਇਓਲੋਜੀਕਲ ਪੈਦਾ ਨਹੀਂ ਹੋਇਆ, ਮੈਨੂੰ ਤਾਂ ਪਰਮਾਤਮਾ ਨੇ ਭੇਜਿਆ, ਮੈਂ ਤਾਂ ਮਾਂ ਦੇ ਪੇਟ ਤੋਂ ਜਨਮ ਨਹੀਂ ਲਿਆ ਕਿਹਾ। ਫਿਰ ਕੋਈ ਕਾਫ ਉਸ ਗੰਦਾ ਕੀੜਾ ਰੂੜੀਆਂ ਤੇ ਜੰਮੇ ਹੋਵੇ ਜੇ ਮਾਤਾ ਦੇ ਵਿੱਚ ਹਜੇ ਫਿਰ ਕਿੱਥੋਂ ਮੂੰਹ ਕਿੱਥੋਂ ਪੈਦਾ ਹੋ ਗਿਆ ਫਿਰ ਉਹ? ਕੋਈ ਆਂਡੇ ਜੇਰੇ ਸੇਤ ਚ ਕਿ ਨਹੀਂ ਆਂਡੇ ਚ ਨਾ ਪੈਦਾ ਸੇਤ ਚ ਕਿਤੇ ਮਾਰ ਕੇ ਬਣ ਗਿਆ ਹੁਣ ਤਾਂ ਭਾਈ ਖੜਾ ਕੇ ਕਿਉਂ ਅੱਖ ਡਲਦਾ ਰਾਜਾ ਹਰਾਮ ਦਾ ਕੀ ਤਾਂ ਫਿਰ ਅਗਲਾ ਲਾਇਆ ਸਾਨੂੰ ਗਲਤ ਬੋਲਦੇ ਆ ਸਾਡਾ ਬੋਲਣ। ਮਜ਼ਦੂਰ ਬਾਣੀ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਬਲਕਾਰ ਰਾਮਗੜੀਆ ਸਵਾਗਤ ਕਰਦਾ ਹਾਂ। ਸਾਥੀਓ ਅੱਜ ਸਾਡੀ ਟੀਮ ਪਹੁੰਚੀ ਹੈ ਪਿੰਡ ਬਹਾਦਰਗੜ੍ਹ ਜੰਡੀਆਂ। ਬਹਾਦਰਗੜ੍ਹ ਜੰਡੀਆਂ ਉਹ ਪਿੰਡ ਹੈ ਜਿੱਥੇ ਬੇਬੇ ਮਹਿੰਦਰ ਕੌਰ ਜੀ ਰਹਿੰਦੇ ਨੇ ਤੇ ਅੱਜ ਉਹ ਸਾਡੇ ਨਾਲ ਮੌਜੂਦ ਹਨ। ਬੇਬੇ ਮਹਿੰਦਰ ਕੌਰ ਬਾਰੇ ਮੈਂ ਤੁਹਾਨੂੰ ਦੱਸ ਦਿਆਂ ਕਿ 2020-21 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਦਾ ਪਿਆ ਸੀਗਾ ਤੇ ਕਿਸਾਨ ਅੰਦੋਲਨ ਦੇ ਦੌਰਾਨ ਮਾਤਾ ਜੀ ਇੰਨੇ ਬਜ਼ੁਰਗ ਹੋਣ ਦੇ ਬਾਵਜੂਦ ਵੀ ਧਰਨੇ ਦੇ ਵਿੱਚ ਪਹੁੰਚੇ ਸੀ ਤੇ ਕੰਗਣਾ ਰਣੌਤ ਜਿਹੜੀ ਕਿ 24 ਘੰਟੇ ਆਪਣੀ ਜਵਾਨ ਦੇ ਵਿੱਚੋਂ ਅੱਗ ਉਗਲਦੀ ਰਹਿੰਦੀ ਹੈ, ਉਹਨੇ ਇਸ ਮਾਤਾ ਬਾਰੇ ਬਹੁਤ ਗਲਤ ਟਿੱਪਣੀ ਜਿਹੜੀ ਹੈ ਉਹ ਕੀਤੀ ਸੀ। ਕਿਸਾਨ ਅੰਦੋਲਨ ਦੇ ਵਿੱਚ ਜਿੰਨੀਆਂ ਵੀ ਮਾਤਾ ਆਈਆਂ ਸੀ ਇਹਨਾਂ ਮਾਤਾ ਦੀ ਫੋਟੋ ਲਾ ਕੇ, ਸ਼ਹੀਨ ਬਾਗ ਦੀ ਇੱਕ ਮਾਤਾ ਨਾਲ ਫੋਟੋ ਲਾ ਕੇ ਤੇ 100-100 ਰੁਪਏ ਦੇ ਵਿੱਚ ਦਿਹਾੜੀ ਤੇ ਲਿਆਂਦੀਆਂ ਹੋਈਆਂ ਔਰਤਾਂ ਕਿਹਾ ਸੀ ਜਿਹੜੀਆਂ ਕਿਸਾਨ ਧਰਨੇ ਦੇ ਵਿੱਚ ਬੈਠੀਆਂ ਨੇ ਕਿ ਉਹ ਔਰਤਾਂ 100-100 ਰੁਪਏ ਦਿਹਾੜੀ ਦੇ ਵਿੱਚ ਆਈਆਂ ਨੇ। ਉਸ ਲੜਾਈ ਦੀ ਸ਼ੁਰੂਆਤ ਉਸ ਟਵੀਟ ਤੋਂ ਹੁੰਦੀ ਹੈ ਜਿਹੜਾ ਕਿ ਕੰਗਣਾ ਨੇ ਉਸ ਸਮੇਂ ਕੀਤਾ ਸੀ ਤੇ ਅੱਜ ਜਿਹੜਾ ਥੱਪੜ ਕੰਗਣਾ ਦੇ ਕੁਲਵਿੰਦਰ ਕੌਰ ਵੱਲੋਂ ਮਾਰਿਆ ਗਿਆ ਚੰਡੀਗੜ੍ਹ ਏਅਰਪੋਰਟ ਤੇ, ਉਹ ਮਾਮਲਾ ਜਿਹੜਾ ਹੈ ਉਹ ਇਸ ਮਾਤਾ ਦੇ ਨਾਲ ਜੁੜਿਆ ਹੋਇਆ ਹੈ ਤੇ ਅੱਜ ਅਸੀਂ ਮਾਤਾ ਨਾਲ ਗੱਲਬਾਤ ਕਰਨ ਵਾਸਤੇ ਪਹੁੰਚੇ ਹਾਂ। ਮਾਤਾ ਨਾਲ ਪੁੱਛਾਂਗੇ ਵੀ ਇਹਨਾਂ ਦਾ ਕੀ ਕਹਿਣਾ ਹੈ ਜੋ ਕੰਗਣਾ ਰਣੌਤ ਨਾਲ ਅੱਜ ਕੱਲ੍ਹ ਹੋਇਆ ਗਾ। ਹਾਂਜੀ ਮਾਤਾ ਜੀ ਸਤਿ ਸ੍ਰੀ ਅਕਾਲ। ਜਦੋਂ ਕੰਗਣਾ ਨੇ ਤੁਹਾਡੇ ਬਾਰੇ ਗਲਤ ਬੋਲਿਆ ਸੀ ਜਾਂ ਗਲਤ ਫੋਟੋ ਲਾਈ ਸੀ ਉਦੋਂ ਕਿਵੇਂ ਦਾ ਮਹਿਸੂਸ ਹੋ ਰਿਹਾ ਸੀ ਤੇ ਅੱਜ ਜਿਹੜਾ ਏਅਰਪੋਰਟ ਤੇ ਵਾਕਿਆ ਹੋਇਆ ਉਹ ਸਿਕਿਉਰਿਟੀ ਫੋਰਸ ਦੇ ਵਿੱਚ ਜਿਹੜੀ ਕੁੜੀ ਏਅਰਪੋਰਟ ਤੇ ਖੜੀ ਉਹਨੇ ਥੱਪੜ ਮਾਰਿਆ ਕੰਗਣਾ ਨੇ, ਤੇ ਅੱਜ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ? ਤੇ ਕੰਗਣਾ ਥੱਪੜਾਂ ਦੀ ਲਾਇਕ ਹੈ ਜੇ ਥੱਪੜ ਤਾਂ ਹੀ ਪੈਂਦੇ ਜੇ ਲੱਪੜ ਦੀ ਕੋਈ ਵਿਧੀ ਥੱਪੜਾਂ ਦੀ ਕਰਦੀ ਤੇ ਫਿਰ ਥੱਪੜ ਹੀ ਪੈਣੇ ਭਾਈ। ਜੇ ਕੋਈ ਸਿਆਣੀ ਬਣੇ ਸਿਆਣੀਆਂ ਗੱਲਾਂ ਕਰੇ ਥੱਪੜ ਕਿਉਂ ਪੈਣੇ ਭਾਈ? ਕਿੱਥੇ ਤਾਂ ਹਾਰ ਪੈਣੇ ਸੀ ਤੇ ਬਣੀ ਸੀ ਅਹੁਦਾ ਮਿਲਣਾ ਸੀ, ਤੇ ਕਿੱਥੇ ਥੱਪੜਾਂ ਦਾ ਸਵਾਗਤ ਹੋਇਆ ਉਹਨਾਂ ਨੂੰ? ਉਹ ਆਪ ਗਲਤ ਹੈ ਤੇ ਦੂਜਿਆਂ ਨੂੰ ਦੱਸਦੀ ਮਾਰੇ। ਕੁੜੀ ਨੇ ਤੇ ਸਰ ਰੱਖ ਲਿਆ ਵੀ ਗੁੱਸੇ ਚ ਆਖਣਾ ਹੀ ਆਖਣਾ, ਜਦੋਂ ਉਹਨੂੰ ਗਲਤ ਬੋਲਦੀ ਸੀ ਕਦੇ ਉਹਨੂੰ ਆਵਦੀ ਚ ਉਗਰਵਾਦੀ ਹੈ, ਕਦੇ ਫਲਾਨੀ ਢਿਉਂਦੀ ਹੈ, ਉਹਨੂੰ ਇਸ ਤਰ੍ਹਾਂ ਨਹੀਂ ਵੇਖਣਾ। ਉਗਰਵਾਦੀ ਇੱਥੇ ਕੌਣ ਹੈ? ਸਾਰੀ ਦੁਨੀਆ ਉਹਨੂੰ ਕਹਿਣ ਲੋਕ ਸਭ ਸੁੱਖਾਂ ਨਾਲ ਵਸਦੇ ਆ, ਉਹ ਕੰਗਣਾ ਜੇ ਪੰਜਾਬੀਆਂ ਨੂੰ ਜੇ ਉਗਰਵਾਦੀ ਇੱਥੇ ਉਗਰਵਾਦੀ ਕਹਿਣ, ਕਿਸਾਨ ਤਾਂ ਸਾਰਾ ਆਪਦਾ ਨਾ ਭਗਤ ਦਿਹਾੜੀ ਮਜ਼ਦੂਰੀ ਕਰਦੇ, ਮੈਂ ਤੇ ਬੱਚੇ ਪਾਲਦੇ ਹੈ, ਮੈਂ ਦੇਸ਼ ਦੀ ਸੇਵਾ ਕਰਦੀ ਹੈ, ਦੇਸ਼ ਪਾਲਣਾ ਕਰਦੀ ਹੈ। ਜੈ ਜਵਾਨ ਜੈ ਸਵਾਨ, ਜੇ ਕਿਸਾਨ ਨਾ ਹੋਣ ਕਿੱਥੋਂ ਪੈਦਾ ਹੋਵੇ?
ਤੇ ਕੰਗਣਾ ਵੀ ਅੰਨ ਪੈਦਾ ਕਰਿਆ ਕਿਸਾਨਾਂ ਲਈ ਖਾਂਦੀ ਹੈ। ਕੁਕੜਾ ਬੀਜੀ ਕਿਸਾਨ ਤਾਂ ਧੁੱਪੇ ਸਿਰ ਤੇ ਆਏ ਤੇ ਕਿਸਾਨਾਂ ਨੇ ਤਾਂ ਇੰਨੇ ਅੱਗੇ ਸਜ਼ਾ ਬਹੁਤ ਦੇ ਰੱਖੀ ਹੈ। ਆਪ ਤਾਂ ਅਮੀਰ ਬਣ ਕੇ ਮਹਿਲਾ ਮਕਾਨਾਂ ਚ ਬੈਠੇ ਦੇ, ਕਿਸਾਨ ਸੜਕਾਂ ਤੇ ਬੈਠੇ ਹੈ, ਨਾ ਪਾਲਾਂ ਚ ਬੈਠੇ ਹੈ, ਨਾ ਧੁੱਪੇ ਗਰਮੀਆਂ ਚ ਬੈਠੇ ਹੈ। ਉਹਨਾਂ ਤੋਂ ਕੀ ਬੁਰਾ ਹੈ, ਉਹਨਾਂ ਦੇ ਦਿਆ ਨੀ ਹੁੰਦੀ। ਰਾਜੇ ਰਾਮਾਂ ਦਾ ਹੱਕ ਬਣਦਾ ਗਊ ਗਰੀਬ ਦੀ ਰੱਖਿਆ ਕਰਨੀ, ਸਰਕਾਰਾਂ ਦਾ ਹੱਕ ਬਣਦਾ ਗਰੀਬ ਕਿਸਾਨਾਂ ਦੀ ਰੱਖਿਆ ਕਰਨੀ। ਜੇ ਕਿਸਾਨਾਂ ਨਾਲ ਇਸ ਤਰ੍ਹਾਂ ਕਰਨਗੇ ਤੇ ਰਾਜ ਜੀ ਦੇ ਛੱਤੇ ਕਰਨਗੇ। ਉਹਨਾਂ ਦਾ ਹੱਕ ਬਣਦਾ ਕਿਸਾਨਾਂ ਦੀ ਰਾਖੀ ਕਰਨੀ, ਤੇ ਪਰਜਾ ਵੀ ਫੇਰ ਹੀ ਰਾਜਿਆਂ ਦੀ ਸੇਵਾ ਕਰੂਗੀ। ਰਲ ਮਿਲ ਕੇ ਹੱਥ ਧੋਈਏ, ਕੱਲੇ ਵੱਡੇ ਨਹੀਂ ਹੋਏ। ਗਰੀਬਾਂ ਬਣਾ, ਕਿਸਾਨਾਂ ਬਣਾ, ਸਰਕਾਰ ਦਾ ਕਿਵੇਂ ਪੂਰਾ ਪਾਊਗਾ? ਸਰਕਾਰ ਨੂੰ ਸੋਚਣਾ ਚਾਹੀਦਾ ਕਿ ਕਿਸਾਨਾਂ ਬਣਾ ਸਕੇ, ਰਾਜ ਜੀ ਦੇ ਕਰਨਗੇ ਭਾਈ ਇਹਨਾਂ ਦਾ। ਤੇ ਕੰਗਣਾ ਕੀ ਸੋਚਦੀ, ਕੰਗਣਾ ਆਏ ਤੇ ਉਹੀ ਗੱਲ ਕਰਦੀ ਫਿਰਦੀ ਹੈ। ਜਿਹੜੇ ਤਮਾ ਰੱਖਦੀ ਮਾਇਆ ਚ, ਮਾਇਆ ਧਾਰੀ ਇੰਨਾ ਬੋਲਾ ਰਾਮ ਕੇ ਲੋ ਮਾਇਆ ਦੇ ਕਾਰਨ ਕਰਦੀ ਹੈ। ਆਜੋ ਬਾਪੂ ਜੀ, ਇੱਥੇ ਆਇਓ ਤੁਸੀਂ, ਇਨਕਾਰ ਕਰਦੀ ਸੀ ਮੈਂ ਐਂਟੀ ਬਣ ਗਈ, ਮੈਂ ਤਲਾਸੀ ਨਹੀਂ ਦੂੰ ਕਰੂੰਗੀ। ਇੱਕ ਬੰਦਾ ਵੱਡਾ ਕੋਈ ਚਾਹੁੰਦੇ ਸੀ ਬੈਠ ਕੇ ਤਲਾਸੀ ਲਾਉਂਦੇ ਵਿੱਚ, ਉਹ ਇੱਕ ਬੰਦਾ ਹੀ ਸਾਰੇ ਮੁਲਕ ਨੂੰ ਤਬਾਹ ਕਰਾ ਸਕਦਾ। ਜਿਹੜੀ ਲੜਕੀ ਖੜੀ ਆ ਉਹਦੀ ਡਿਊਟੀ ਆਪਦੀ ਹੈ, ਉਹਨੂੰ ਸਮਾਂ ਪ੍ਰਧਾਨ ਮੰਤਰੀ ਨੂੰ ਮਾਨ ਸਨਮਾਨ ਕਰਨਾ ਚਾਹੀਦਾ ਉਸ ਲੜਕੀ ਦਾ, ਕਿਉਂਕਿ ਲੜਕੀ ਨੇ ਆਪਦੇ ਡਿਊਟੀ ਤੇ ਪੱਖਪਾਤ ਨਹੀਂ ਰੱਖਿਆ ਤੇ ਕਿਸੇ ਦਾ ਹੋ ਕੇ ਉਹਨੂੰ ਆਰਡਰ ਦਿੱਤਾ ਮੈਨੂੰ ਤਲਾਕੀ ਕਰਾ। ਉਹ ਐਮਪੀ ਹੋਏਗੀ ਆਪਦੇ ਥਾਂ ਤੇ ਹੋਏਗੀ, ਮੇਰੀ ਡਿਊਟੀ ਆਪਦੇ ਥਾਂ ਤੇ। ਗਲਤ ਕੰਮ ਨੀ ਕੀਤਾ, ਜੇ ਉਹ ਇਨਕੁਆਰੀ ਨਹੀਂ ਕਰਾਈ, ਤਲਾਸ਼ੀ ਨਹੀਂ ਕਰਾਈ, ਮੈਂ ਪੁਲਿਸ ਬੁਲਾ ਲੂੰਗਾ, ਬਦਲੀ ਕਰਾ ਦੂੰਗਾ। ਜਦੋਂ ਕੌਰ ਦਾ ਨਾਂ ਲਿਆ ਵੀ ਇਹ ਤਾਂ ਪੰਜਾਬ ਖਾਲਸਾ ਵੀ ਹੈ, ਅੱਤਵਾਦ ਹੈ, ਪੰਜਾਬ ਚ ਅੱਤਵਾਦ ਗੁਰੂ ਫੈਲਿਆ ਗਿਆ, ਇਹਨੂੰ ਕਿਸੇ ਤਰੀਕੇ ਨਾਲ ਖਤਮ ਕਰਨਾ ਤੇ ਬਸਾਂ ਦਾ ਪੰਜਾਬ ਪੈਰਾਂ ਤੇ ਹੋਇਆ। ਹੁਣ ਅੱਗ ਉਹਦੇ ਮੂੰਹ ਚੋਂ ਅੱਗੇ ਵੀ ਅੱਗ ਉਂਗਲੀ ਅੱਗ ਪੀਣ ਦੇ ਕਾਰਨ ਹੀ ਲੱਪੜ ਖਾਧਾ। ਉਹਨੇ ਦੁਆਰਾ ਪੀਰ ਉਹਨੇ ਸਾਰੇ ਪੰਜਾਬ ਨੂੰ ਪੈਦਾ ਵੀ ਇੱਥੇ ਉਗਰਵਾਦ ਅੱਤਵਾਦ ਫੈਲ ਪਿਆ, ਇਹਨੂੰ ਠੱਲ ਪਾਉਣੀ ਚਾਹੀਦੀ। ਅੱਗ ਉਗਲ ਨੂੰ ਹਲੇ ਵੀ ਨੀ ਹਟਦੀ, ਕਿਸੇ ਸੰਸਦੀ ਮੈਂਬਰ ਬਣ ਕੇ ਉਹਨੂੰ ਨਿਮਕੀ ਚਾਹੀਦੀ ਸੀ, ਸਾਰੀ ਦੁਨੀਆਂ ਏਕ ਮੰਨਣੀ ਚਾਹੀਦੀ ਸੀ, ਹਲੇ ਵੀ ਉਹ ਨਜਾਇਜ਼ ਬੋਲਣ ਵਾਲੀ ਨਹੀਂ ਹੈ। ਉਹਦੇ ਨਾਲ ਬਹੁਤ ਵਧੀਆ ਕੰਮ ਹੋਇਆ, ਕੁਲਵਿੰਦਰ ਕੌਰ ਨੇ ਜਿਹੜਾ ਕੰਮ ਕੀਤਾ ਨਾ, ਉਹਦਾ ਖੂਨ ਵਾਲੇ ਦਿੰਦਾ ਸੀ, ਜਦੋਂ ਉਹਦਾ ਖੂਨ ਵਾਲੇ ਦਿੱਤਾ ਪੰਜਾਬ ਦਾ ਜਿਹੜਾ ਖੂਨ ਹੈ, ਉਹ ਖੂਨ ਨੇ ਹਵਾਲਾ ਦਿੱਤਾ, ਫਿਰ ਉਹਨਾਂ ਨੇ ਵੇਖਿਆ ਨੀ ਵੀ ਤੂੰ ਐਂਟੀ ਹੈ ਜਾਂ ਕੌਣ ਹੈ। ਠੀਕ ਹੈ, ਵੀ ਮੇਰਾ ਜੋ ਕੁਛ ਹੋਊਗਾ ਹੋਊਗਾ, ਮਗਰੋਂ ਵੇਖੀ ਜੋ ਉਹਨੂੰ ਤਾਂ ਉਹਨੂੰ ਤਾਂ ਫੜ ਲਿਆ, ਗ੍ਰਿਫਤਾਰ ਕਰ ਲਿਆ। ਕੀ ਉਹ ਜਿਹੜੀ ਕੰਗਣਾ ਬੋਲੀ ਹੈ ਪੰਜਾਬ ਚ ਅੱਤਵਾਦ ਫੈਲਿਆ, ਗੁਰੂ ਫੈਲਿਆ, ਕੇਸ ਨੀ ਬਣਦਾ? ਨਹੀਂ ਬਾਪੂ ਜੀ, ਇੱਕ ਵੀਡੀਓ ਜਿਹੜਾ ਆਇਆ ਨਾ, ਉਹਦੇ ਵਿੱਚ ਕੀ ਹੈਗਾ, ਉਹਦੇ ਵਿੱਚ ਇੱਕ ਉਹਦਾ ਕੋਈ ਨਾਲ ਦਾ ਸਾਥੀ ਹੈ ਕੰਗਣਾ ਰਣੌਤ ਦੇ, ਇੱਕ ਕਾਲੇ ਕੱਪੜੇ ਪਾ ਕੇ ਇੱਕ ਮਹਿਲਾ ਔਰਤ ਹੈ, ਉਹ ਉਹਦੇ ਥੱਪੜ ਮਾਰਦਾ, ਥੱਪੜ ਮਾਰਦਾ, ਉਹਦਾ ਉਹਦਾ ਪਰਚਾ ਕਿਉਂ ਨੀ ਹੁੰਦਾ? ਪਰਚਾ ਨੀ ਹੋਇਆਗਾ ਜੀ, ਉਹ ਥੱਪੜ ਮਾਰਦਾ ਉਹ ਲੜਕੀ ਦੇ ਕਾਲੇ ਕੱਪੜੇ ਵਾਲੇ ਨੇ, ਉਹਦੇ ਤੇ ਕੋਈ ਗੱਲਬਾਤ ਨਹੀਂ ਜੀ। ਕਹਿੰਦੀ ਕੁਲਵਿੰਦਰ ਕੌਰ ਤੇ ਪਤਾ ਕਿਉਂਕਿ ਨਾ ਕੌਰ ਲਾ ਕੇ ਜੀ, ਅਸੀਂ ਵਾਲੇ ਵੀ ਉਹ ਲੜਕੀ ਨੇ ਬਹੁਤ ਬਹਾਦਰੀ ਕੀਤੀ ਹੈ ਜੀ। ਜਵਾਬ ਉਹਨੂੰ ਜਿਹੜਾ ਦਿੱਤਾ ਨਾ, ਪੱਥਰ ਨਾਲ ਲੱਗਦਾ, ਮਾਤਾ ਜਿਹੜੀ ਉਦੋਂ ਉਹਨੇ ਸਿਰੇ ਠੇਸ ਪਹੁੰਚਾਈ ਸੀ, ਕੋਈ ਸਕੂਨ ਮਿਲਿਆ ਉਸ ਥੱਪੜ ਨਾਲ? ਮੇਰੇ ਕਹਿੰਦੀ ਸੀ
ਵਧੀਆ ਕਰੇ, ਵਧਾਈ ਹੋਵੇ। ਮੈਂ ਤੁਹਾਨੂੰ ਲੱਖ ਲੱਖ ਵਧਾਈਆਂ ਹੋਣ ਭਲੀ ਮਾਂ ਦੀ ਜਨਮ ਭਲਾ ਦੁੱਧ ਚੰਗਿਆ ਭਲੀ ਮਾਂ ਦਾ ਕੁਲਵਿੰਦਰ ਕੌਰ ਨੇ ਨੀ ਮਾਰਿਆ ਮੇਰਾ ਕਾਂਜਾ ਘੋੜੇਵਾਲ ਨਾਲ ਖੜੇ, ਉਹਨੇ ਹੌਸਲਾ ਦਿੱਤਾ ਛਾਵਾਂ ਕੀ ਬੱਤੀ ਆ, ਉਹਨੇ ਉਹਨੇ ਬਹਾਦਰ ਮੰਨੀਏ, ਉਹਨੇ ਹੌਸਲਾ ਦਿੱਤਾ ਤੇ ਉਹ ਬੰਦੇ ਦੀ ਬੱਤੀ ਆ ਕੇ ਬਹਿ ਜਾਂਦਾ। ਉਹ ਮਹਾਰਾਜ ਸਭ ਦੇ ਨਾਲ ਸਭ ਦਾ ਭਲਾ ਕਰਾਉਂਦਾ, ਕੁਲਵਿੰਦਰ ਕੌਰ ਦੇ ਵਿੱਚ ਆ ਕੇ ਵਸ ਗਏ ਤੇ ਫਿਰ ਉਹਨੂੰ ਚਿੱਟਾ ਪਕਾਉਣੇ ਸੀ ਤੇ ਕੰਗਣ ਉਹਦਾ ਚੜੈਤਪਣ ਕਰਦੇ, ਅਜੇ ਅਕਲ ਨੀ ਆਈ ਮੈਂ ਇੰਤੀ ਬਣ ਗਈ ਕਿ ਪਰੋਂ ਚ ਕਿਵੇਂ ਨਿਆਂ ਕਰਦਿਆ ਕਰੂ ਇੰਨੇ ਬੰਦਿਆਂ ਚ ਬਹਿ ਕੇ। ਲੱਫੜ ਵੀ ਪੈ ਗਿਆ, ਜਵਾਨ ਤੇ ਲਗਾਮ ਫਿਰ ਨੀ ਲਈ, ਦਿੱਲੀ ਪਹੁੰਚ ਕੇ ਜਾ ਕੇ ਉਹਨੇ ਫਿਰ ਵੀਡੀਓ ਪਾਇਆ, ਉਹਨੇ ਕਿਹਾ ਵੀ ਮੈਂ ਸੇਫ ਪਹੁੰਚ ਗਈ ਆ, ਮੈਂ ਠੀਕ ਹੈ, ਐਵੇਂ ਕਰਕੇ ਕੁਲਵਿੰਦਰ ਕੌਰ ਨਾਲ ਦੀ ਉਹ ਜਿਹੜੀ CIF ਦੀ ਜਵਾਨ ਸੀ ਉਹ ਆਈ, ਉਹਨੇ ਮੇਰੇ ਮੂੰਹ ਤੇ ਹਿੱਟ ਕੀਤਾ ਤੇ ਪੰਜਾਬ ਦੇ ਵਿੱਚ ਉਗਰਵਾਦ ਖਾਲਿਸਤਾਨ ਇਹ ਵੱਧ ਰਿਹਾ ਹੈਗਾ, ਇਹਨੂੰ ਕਿਵੇਂ ਹੈਂਡਲ ਕਰਨਾ ਹੈ ਉਹ ਦੱਸੋ। ਹੁਣ ਪੰਜਾਬ ਚ ਵੋਟਾਂ ਪਈਆਂ, ਤੁਸੀਂ ਦੱਸੋ ਵੀ ਇੱਥੇ ਕੀ ਅਮਨ ਸ਼ਾਂਤੀ ਹੈ? ਵਧੀਆ ਅਮਨ ਚੈਨ, ਵਧੀਆ ਪੰਜਾਬ, ਸੁੱਖਾਂ ਨਾਲ ਵਸਦਾ ਹੈ ਪੰਜਾਬ ਤੇ ਖਰਥਾਨ ਤਾਂ ਰੱਖ ਲਾ, ਭੁੱਖੇ ਮਰਦੇ ਬਾਹਰ ਨੂੰ ਤੁਰੇ ਜਾਂਦੇ, ਅੱਗੋਂ ਨੂੰ ਅੱਤਵਾਦੀਆਂ ਦੇ ਇੱਥੇ ਅੱਤਵਾਦ ਕਾਹਦਾ, ਵੇਲਾ ਪੂਰਾ ਕਰਦੇ। ਸਾਥੀਓ ਤੁਹਾਨੂੰ ਦੱਸ ਦੇਵਾਂ, ਮੈਂ ਮਾਤਾ ਜੀ ਨੇ ਸਾਨੂੰ ਦੱਸਿਆ ਹੈਗਾ ਵੀ ਇਹਨਾਂ ਨੇ ਕੰਗਣਾ ਰਣੌਤ ਦੇ ਉੱਤੇ ਮਾਨਹਾਨੀ ਦਾ ਕੇਸ ਕੀਤਾ ਸੀ ਬਠਿੰਡੇ, ਤੇ ਬਠਿੰਡੇ ਤੋਂ ਆਪਣੀ ਉਹ ਅਹੁਦੇ ਦਾ ਪਾਵਰ ਦਾ ਸ਼ਕਤੀਆਂ ਦਾ ਇਸਤੇਮਾਲ ਕਰਕੇ ਉਹ ਕੇਸ ਨੂੰ ਚੰਡੀਗੜ੍ਹ ਲੈ ਗਈ ਹੈ। ਹੁਣ ਚੰਡੀਗੜ੍ਹ ਮਾਤਾ ਵਾਸਤੇ ਤਰੀਕਾਂ ਤੇ ਜਾਣਾ ਇਸ ਉਮਰ ਦੇ ਵਿੱਚ ਕੋਈ ਸੌਖਾ ਨਹੀਂ ਹੈਗਾ, ਪਰ ਉਹਨੇ ਕਿਵੇਂ ਮਤਲਬ ਇਹਨਾਂ ਨੇ ਧੱਕਾ ਕੀਤਾ ਉਹ ਹੁਣ ਵਕੀਲਾਂ ਨੂੰ ਪਤਾ ਹੈ ਜਾਂ ਪਰਮਾਤਮਾ ਨੂੰ ਪਤਾ ਹੈਗਾ? ਹਾਂ ਮਾਤਾ, ਕੇਸ ਬਾਰੇ ਕੀ ਕਹਿਣਾ ਚਾਹੁੰਦੇ ਹੋ? ਤੇ ਉਹ ਕੇਸ ਬਠਿੰਡੇ ਹੀ ਆਵੇ, ਇੱਥੇ ਤਰੀਕਾ ਭੁਗਤੇ ਕੰਗਣਾ ਫਰਾਵੇ ਪੰਜਾਬ ਚ ਜਾਵੇ, ਮੈਂ ਛੇਰਨੀ ਆ ਤੇ ਫਿਰ ਗਿਜੜੀ ਕੇ ਬਣੀ, ਫਿਰ ਲੁਕਦੀ ਫਿਰ ਆਵੇ ਲਾਵੇ ਮਾਥਾ ਕਰਤਾਨਾ ਨਾਲ ਪੰਜਾਬ ਚ ਪੰਜਾਬਾਂ ਨੂੰ ਅੱਤਵਾਦੀ ਦੱਸਦੀ, ਅੱਤਵਾਦੀ ਕਿਹਨੇ ਪੰਜਾਬੀ ਤਾਂ ਭਗਤ ਨਾ ਜੀ, ਤੇ ਕਮਾਈਆਂ ਕਰਕੇ ਖਾਂਦੇ ਕੋਈ ਪੰਜਾਬੀ, ਕਿਸੇ ਨੇ ਅਮਨ ਅਮਾਨ ਅਮਨ ਪੰਜਾਬ ਵਸਦਾ ਜੀ, ਕੋਈ ਕਿਸੇ ਨੂੰ ਦੁੱਖ ਤਕਲੀਫ ਨਹੀਂ ਦਿੰਦਾ। ਨਹੀਂ ਸਾਥੀ, ਤੁਸੀਂ ਮੈਨੂੰ ਦੱਸੋ, ਦੇਖਣ ਵਾਲੇ ਨੂੰ ਸਾਰਿਆਂ ਨੂੰ ਮੇਰੀ ਬੇਨਤੀ ਹੈ, ਮਾਤਾ ਕਿਹੜੇ ਪਾਸੇ ਤੁਹਾਨੂੰ ਅੱਤਵਾਦੀ ਲੱਗਦੀ ਹੈ, ਕਿਹੜੇ ਪਾਸੇ ਤੁਹਾਨੂੰ ਇਹ ਖਾਲਿਸਤਾਨੀ ਲੱਗਦੀ ਹੈ, ਕਿ ਕਿਹੜਾ ਇਹਨੇ ਐਸਾ ਮਤਲਬ ਕਿ ਚੱਕਿਆ ਝੰਡਾ? ਤਾਂ ਕਿਸਾਨੀ ਨੇ ਚੱਕਿਆ ਸੀ ਨਾ ਇੱਕ, ਤੇ ਕਿਸਾਨੀ ਦਾ ਝੰਡਾ ਤਾਂ ਸਾਰਿਆਂ ਦਾ ਸਾਂਝਾ, ਨਿਸ਼ਾਨੀ ਝੰਡੇ ਚ ਨਿਸ਼ਾਨੀ ਹੁੰਦੀ ਹੈ ਵੀ ਐਵੇਂ ਕਿਸਾਨ ਨੀ ਮੰਨੀ ਦਾ ਝੰਡਾ ਤਾਂ ਚੱਕਣਾ ਹੀ ਚੱਕਣਾ, ਬਿਲਕੁਲ ਬਿਲਕੁਲ, ਇਹ ਤਾਂ ਆਪਣੀ ਝੰਡੇ ਤਾਂ ਮੋਹਰ ਲੱਗੀ ਹੋਈ ਸੀ ਝੰਡਾ ਚੱਕਣੀ ਹੀ, ਬਿਲਕੁਲ ਝੰਡੀ ਬਣ ਤਾਂ ਕਿਸਾਨ ਨੀ ਮੰਨਿਆ ਜਾਂਦਾ, ਸਾਰੀ ਏਕਤਾ ਬਣੀ ਪਈ ਚੰਡਾ ਦੇ ਚੱਕਰ। ਕੇਸ ਤੇ ਫਿਰ ਬਠਿੰਡੇ ਆਈ ਨੀ ਹੈ ਤਰੀਕ ਤਰੂਕ ਜਿਹੜੀ? ਨਹੀਂ ਆਈ। ਠੀਕ ਹੈ, ਨਹੀਂ ਆਈ। ਸੋ ਵਕੀਲਾਂ ਨੂੰ ਕਹਿੰਦੀ ਹੈ ਸਾਡੀ ਵਕਾਲਤ ਨਾ ਝਗੜ ਦੋ, ਔਰ ਅਸੀਂ ਨਾ ਝਗੜਾਂ ਤਾਂ ਅਗਲੇ ਵਕੀਲ ਹੋਰ ਕਰ ਲੈਣਗੇ। ਅੱਛਾ, ਮਤਲਬ ਤੁਹਾਡੇ ਵਕੀਲਾਂ ਨੂੰ ਵੀ ਡਰਾਉਂਦੀ ਧਮਕਾਉਂਦੀ ਹੈ? ਨਹੀਂ ਆਵੀ, ਤੁਸੀਂ ਨਾ ਝਗੜੋ। ਅੱਛਾ, ਉਹ ਕਹਿੰਦੇ ਅਸੀਂ ਨਾ ਝਗੜਾਂਗੇ ਤਾਂ ਵੀ ਅਗਲੇ ਵਕੀਲ ਹੋਰ ਕਰ ਲਾਂਗੇ, ਇਸੇ ਝਗੜ ਨਹੀਂ ਝਗੜ ਜੀ। ਚੰਡੀਗੜ੍ਹ ਤਰੀਕ ਤੇ ਫਿਰ ਤੁਸੀਂ ਨਹੀਂ ਜਾ ਸਕੇ? ਨਹੀਂ ਜਾ ਸਕਦੇ, ਵਕੀਲ ਕਰਿਆ ਹੋਇਆ ਤੇ ਤਰੀਕ ਲੈ ਛੱਡਦੇ। ਅੱਛਾ, ਵਕੀਲ ਤਰੀਕ ਲੈ ਲੈਂਦਾ। ਤੁਹਾਡਾ ਕੀ ਕਹਿਣਾ? ਮਤਲਬ ਇਹ ਵੀ ਪਿਛਲੀਆਂ ਗਲਤੀਆਂ ਦੀ ਮਾਫੀ ਮੰਗ ਕੇ ਤੇ ਗਾਂ ਸਿਆਣੀ ਬਣ ਜੇ? ਗਾਂ ਸਿਆਣੀ ਬਣ ਜੇ, ਪਿਛਲੀਆਂ ਤਾਂ ਮੰਗ ਲਈ, ਪਿਛਲੀਆਂ ਤਾਂ ਮਾਫ ਕਰਾਉਣ ਕਿਉਂਕਿ ਨਵੇਂ ਕੰਡੇ ਦੇ ਸ਼ਹੀਦੀ ਫਿਰਦੀ ਹੈ, ਨਵੇਂ ਉਹ ਝੱਲੀ ਅੱਗ ਲਾਉਂਦੀ ਫਿਰਦੀ ਹੈ। ਕਦੇ ਆ ਰਹੀ ਹੈ ਕਿ ਇੰਦਰਾ ਮਾਰਤੀ ਸੀ ਤੇ ਉਹਨਾਂ ਆਇਆ ਕਰਤਾ, ਉਹ ਮੇਨ ਕਰ ਗਏ ਤਾਂ ਨਿਮਤੀ ਨਾਲ ਮਿਲ ਕੇ ਰਹਿੰਦੇ ਪੰਜਾਬੀ ਜਨਾਂ ਦੀ, ਅਸੀਂ ਤਾਂ ਬੇੜਾ ਟਵਾਉਣੇ, ਮਰਨ ਕਿਹਦੇ ਜੀ, ਕਿਤੇ ਮੇਰਾ ਪਰਿਵਾਰ ਸੌਖਾ ਰਹੇ, ਉਹ ਤਾਂ ਮਿਲੇ ਫਿਰਦੇ ਹੈ, ਉਹ ਤਾਂ ਰੇਤਾ ਪਾਉਂਦੇ ਹੈ ਤੇ ਪੀਲੀ ਲਾਉਂਦੀ, ਸੁੱਤਿਆਂ ਕਲਾ ਜਗਾਉਂਦੀ ਹੈ। ਰਾਹੁਲ ਗਾਂਧੀ ਮਾਫੀ ਮੰਗ ਕੇ ਗਿਆ ਦੋ ਵਾਰੀ ਦਰਬਾਰ ਸਾਹਿਬ ਆ ਗਏ, ਦੋ ਵਾਰੀ ਮਾਫੀ ਸਾਰੀ ਦੁਨੀਆ ਹੀ ਮੰਗਦੀ ਹੈ, ਰੱਬ ਤੋਂ ਥੋੜਾ ਡਰਦਾ ਵੀ ਜਿਹੜੀ ਅੱਗੇ ਗਲਤੀ ਹੋਊਗੀ ਮਾਫ ਕਰੋ, ਅੱਗੇ ਗਲਤੀ ਹੋਊਗੀ ਮਾਫ ਕਰੋ। ਉਹਨੂੰ ਕਹੇ ਸਾਡੇ ਦਰਬਾਰ ਸਾਹਿਬ ਦੇ ਜ਼ਖਮ ਸਾਡੇ ਅੱਜ 40 ਸਾਲਾਂ ਬਾਅਦ ਵੀ ਅੱਲੇ ਆ, ਸਾਡੇ ਤਾਂ ਉੱਥੇ ਬੇਗਨਾਹ ਦੇ ਜਿਹੜਾ ਖੂਨ ਡੁੱਲਿਆ ਉਹਦੇ ਕੋਲ ਕੌਣ ਜ਼ਿੰਮੇਵਾਰ ਹੈ? ਉਹਨੇ ਤਾਂ ਕੌਣ ਜ਼ਿੰਮੇਵਾਰ ਹੈ, ਸ਼ਹੀਦੀਆਂ ਪਾ ਕੇ ਬਿਨਾ ਗਨਾਹੇ ਮਾਰੇ ਗਏ। ਨਹੀਂ, ਹੁਣ ਮੋਦੀ ਨੂੰ ਬਹੁਮਤ ਨਹੀਂ ਮਿਲਿਆ ਵੋਟਾਂ ਦੇ ਵਿੱਚ, ਤੁਹਾਨੂੰ ਕੀ ਲੱਗਦਾ ਮੋਦੀ ਦਾ ਅਹੰਕਾਰ ਮਾੜਾ ਮੋਟਾ ਟੁੱਟੂਗਾ?
ਬਾਇਓਲੋਜੀਕਲ ਪੈਦਾ ਨੀ ਹੋਇਆ, ਮੈਨੂੰ ਤਾਂ ਪਰਮਾਤਮਾ ਨੇ ਭੇਜਿਆ, ਮੈਂ ਮਾਂ ਦੇ ਪੇਟ ਤੋਂ ਜਨਮ ਨੀ ਲਿਆ। ਆਹ ਵੀ ਗੱਲ ਕਹੀ ਸੀ, ਪਰਮਾਤਮਾ ਕਿਹੜਾ ਹੱਤਿਆ ਕਰਦਾ ਫਿਰਦਾ ਜਾ ਕੇ ਜੁਲਮ ਕਰਦਾ ਮਾਰ ਵੀ ਇਸ ਤਰ੍ਹਾਂ, ਪਰਮਾਤਮਾ ਤੋਂ ਸਭ ਰੱਖਿਆ ਕਰੋ। ਗੰਦਾ ਕੀੜਾ ਰੂੜੀਆਂ ਤੇ ਜੰਮੇ ਹੋਏ ਮਾਤਾ ਦੇ ਵਿੱਚ, ਫਿਰ ਕਿੱਥੋਂ ਕਿੱਥੋਂ ਪੈਦਾ ਹੋ ਗਿਆ ਫਿਰ? ਉਹ ਕੋਈ ਆਂਡੇ ਜੇਰੇ ਸਿਰ ਤੇ ਯਕੀਨੀ ਆਂਡੇ ਚ ਨਾ ਪੈਦਾ, ਸਿਰ ਚ ਕਿਤੇ ਮਰ ਕੇ ਬਣ ਗਿਆ ਹੋਣਾ ਭਾਈ ਖੜਾ ਕੇ, ਕਿਉਂ ਆਖਣ ਡਾ ਰਾਜਾ ਹਰਾਮ ਦਾ ਕੀ ਤੇ ਫਿਰ ਅਗਲਾ ਲਾਇਆ ਸਾਨੂੰ ਗਲਤ ਬੋਲਦੇ, ਸਾਡਾ ਬੋਲਣ ਹੱਕ ਨੀ ਬਣਦਾ। ਮੈਂ ਆਖਿਆ ਮੈਂ ਖਾਨਦਾਨ ਆ, ਮੇਰਾ ਇਹੋ ਜਿਹਾ ਪਿਓ ਦਾਦਾ ਸੀ, ਬੱਚਾ ਉਹਦੇ ਪਿਓ ਦਾਦੇ ਨਾ ਕਰਿਆ, ਮਾਂ ਨੂੰ ਵੀ ਤਾਂ ਮੈਂ ਮਾਈ ਨੀ ਪੁਰਾਣੇ ਬਜ਼ੁਰਗ ਕਿਉਂ ਪਾਉਂਦੇ ਸੀ, ਉਹਨਾਂ ਦੇ ਖਾਨਦਾਨ ਵੇਖੇ ਜਾਂਦੇ ਸੀ। ਆਪਦੀ ਖਾਨਦਾਨੀ ਦਿਖਾਓ, ਸਾਡਾ ਬਾਪ ਇਹੋ ਜਿਹਾ, ਸਾਡੀ ਮਾਂ ਇਹੋ ਜਿਹੀ ਸੀ, ਸਾਡਾ ਦਾਦਾ ਇਹੋ ਜਿਹਾ ਸੀ, ਉਹਨਾਂ ਦਾ ਨਾਂ ਉੱਚਾ ਕਰੋ, ਉਹਨਾਂ ਲੀਕਾਂ ਲਓ, ਮਾਂ ਪਿਓ ਪੜਾਉਂਦਾ, ਸਿੱਖਿਆ ਕੰਮ ਕਰਦਾ, ਅਵਸਰ ਲਾਉਂਦਾ, ਸਾਡੀ ਸੇਵਾ ਕਰਨਗੇ, ਦੇਸ਼ ਦੀ ਸੇਵਾ ਕਰਨਗੇ। ਤੇ ਜੇ ਬੱਚੇ ਇੱਕ ਪੱਤੇ ਨਿਕਲਣਗੇ ਜਾ ਕੇ ਗੋਲਾਂ ਖਾਣਗੇ ਸ਼ਰਾਬਾਂ ਪੀਣ, ਤੇ ਫਿਰ ਉਹਨਾਂ ਚ ਕਸਰ ਭਾਈ ਇਹਨਾਂ ਚ, ਉਹਨਾਂ ਚ ਨੀ, ਉਹ ਗਲਤ ਕੰਮ ਨਾ ਕਰਨ। ਸਾਥੀਓ, ਇਹ ਸਨ ਮਾਤਾ ਮਹਿੰਦਰ ਕੌਰ ਜੀ, ਬੜਾ ਵਧੀਆ ਲੱਗਿਆ ਇਹਨਾਂ ਨਾਲ ਮਿਲ ਕੇ ਗੱਲਾਂ ਬਾਤਾਂ ਕਰਕੇ, ਬਹੁਤ ਹੀ ਚੰਗਾ ਲੱਗਿਆ। ਖੁੱਲੇ ਦਿਲ ਦੇ ਨੇ ਮਾਤਾ ਜੀ, ਖੁੱਲੇ ਸੁਭਾਅ ਵਾਲੇ ਨੇ, ਖੁੱਲ ਕੇ ਗੱਲਾਂ ਕਰਦੇ ਨੇ। ਤੁਹਾਨੂੰ ਮਾਤਾ ਜੀ ਦੇ ਵਿਚਾਰ ਕਿਸ ਤਰ੍ਹਾਂ ਲੱਗੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਗਰ ਤੁਸੀਂ ਸਾਨੂੰ ਫੇਸਬੁੱਕ ਤੇ ਦੇਖ ਰਹੇ ਹੋ ਤੇ ਸਾਡੇ ਪੇਜ ਨੂੰ ਫੋਲੋ ਕਰਿਓ, ਅਗਰ ਤੁਸੀਂ ਸਾਨੂੰ ਯੂਟਿਊਬ ਤੇ ਦੇਖ ਰਹੇ ਹੋ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ, ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਹੁਤ ਬਹੁਤ ਧੰਨਵਾਦ।